Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਤੁਸੀਂ ਲੋਕਾਂ ਨੇ ਮੇਰੀ ਧੀ ਦਾ ਤਮਾਸ਼ਾ ਬਣਾ ਕੇ ਰੱਖਤਾ। ਲੋਕੀ ਉਹਦੇ ਤੇ ਥੂ-ਥੂ ਕਰਨਗੇ ਤੇ ਉਹਦਾ ਮਜ਼ਾਕ ਉਡਾਉਣਗੇ। ਡੀਜੇ, ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਵਿਆਹ ਮੇਰੇ ਨਾਲ ਹੀ ਕਰਾਓਗੇ। ਹੁਣ ਤੁਹਾਨੂੰ ਆਪਣਾ ਵਾਅਦਾ ਪੂਰਾ ਕਰਨਾ ਹੀ ਪੈਣਾ। ਕੀ ਮਤਲਬ? ਮਤਲਬ ਹੈ ਕਿ ਡੀਜੇ ਨੂੰ ਹੀਰ ਨਾਲ ਵਿਆਹ ਤੋੜਨਾ ਪਏਗਾ ਤੇ ਮੇਰੇ ਨਾਲ ਵਿਆਹ ਪੂਰਾ ਕਰਨਾ ਪਏਗਾ। ਅਸੀਂ ਉਸ ਹੀਰ ਨੂੰ ਉਹਦੀ ਚਾਲ 'ਚ ਜਿੱਤਣ ਨਹੀਂ ਦੇ ਸਕਦੇ। ਜੇ ਤੁਸੀਂ ਉਹਨੂੰ ਤੇ ਇਸ ਵਿਆਹ ਨੂੰ ਅਪਣਾ ਲਿਆ ਨਾ ਤੇ ਉਹ ਹੀਰ ਜਿੱਤ ਜਾਏਗੀ। ਸੀਰਤ, ਅੱਜ ਬਹੁਤ ਕੁਝ ਹੋ ਗਿਆ। ਫਿਲਹਾਲ ਮੇਰੇ ਅੰਦਰ ਇੰਨੀ ਹਿੰਮਤ ਨਹੀਂ ਹੈਗੀ ਇਹ ਸਭ ਸੋਚਣ ਦੀ। ਮੈਨੂੰ ਥੋੜਾ ਟਾਈਮ ਦੇ, ਤੂੰ ਆਪਣੇ ਘਰ ਜਾ। ਤੈਨੂੰ ਕੀ ਲੱਗਦਾ ਸਾਡਾ ਇੱਥੇ ਖੜੇ ਹੋਣ ਨਾਲ ਕੁਛ ਹੋਏਗਾ? ਇਹਨਾਂ ਲੋਕਾਂ ਦੀ ਨਜ਼ਰ ਵਿੱਚ ਤੇਰੀ ਖੁਸ਼ੀ ਦੀ ਕੋਈ ਕੀਮਤ ਨਹੀਂ। ਚੱਲ ਚੱਲ ਇੱਥੋਂ। ਮੰਮੀ ਨੂੰ ਗੱਲ ਤੇ ਕਰ ਲੈ ਤੂੰ। ਚੱਲ ਮੰਮਾ, ਮੈਨੂੰ ਗੱਲ ਤੇ ਕਰ ਲੈਂਦਾ ਦੀਦੀ ਨਾ। ਤੁਸੀਂ ਮੇਰੀ ਸਾਰੀ ਲਾਈਫ ਬਰਬਾਦ ਕਰਤੀ ਹੈ। ਜਿੱਥੇ ਮੇਰਾ ਇੰਨਾ ਵੱਡਾ ਦਿਨ ਸੀ, ਮੈਨੂੰ ਸਭ ਤੋਂ ਵੱਡਾ ਦੁੱਖ ਦਿੱਤਾ। ਤੂੰ ਚਲਾਕੀ ਨਾਲ ਡੀਜੇ ਦਾ ਵਿਆਹ ਤੇ ਕਰਾ ਲਿਆ, ਪਰ ਮੇਰੀ ਇੱਕ ਗੱਲ ਯਾਦ ਰੱਖੀ, ਤੂੰ ਕਦੇ ਵੀ ਇਸ ਵਿਆਹ 'ਚ ਖੁਸ਼ ਨਹੀਂ ਰਹੇਗੀ। ਤੂੰ ਕਦੇ ਵੀ ਉਹਨਾਂ ਦੀ ਵੋਟੀ ਨਹੀਂ ਬਣ ਪਾਏਗਾ। ਤੂੰ ਹਮੇਸ਼ਾ ਇੱਕ ਚੀਟਰ ਰਹੇਗੀ, ਚੀਟਰ। ਬਸ ਮੈਂ ਜਾਣਦਾ ਕਿ ਤੁਹਾਡੇ ਨਾਲ ਗਲਤ ਹੋਇਆ, ਪਰ ਸਾਡਾ ਵਿਸ਼ਵਾਸ ਕਰੋ, ਅਸੀਂ ਕਦੇ ਨਹੀਂ ਚਾਹੁੰਦੇ ਸੀ ਕਿ ਤੁਹਾਡੇ ਵਿਆਹ 'ਚ ਕੋਈ ਅੜਚਨ ਆਵੇ। ਸਭ ਦੇ ਵਾਸਤੇ ਮੇਰੀ ਧੀ ਨੂੰ ਸਭ ਕੁਛ ਨਾ ਕਹੋ। ਸੀਰਤ, ਬਸ ਬਹੁਤ ਹੋਇਆ, ਇਹਨਾਂ ਦਾ ਡਰਾਮਾ ਖਤਮ ਹੋਣ ਵਾਲਾ ਨਹੀਂ। ਚੱਲ ਤੂੰ ਇੱਥੋਂ। ਮਾਸੀ ਪਲੀਜ਼, ਤੁਸੀਂ ਨਾ ਜਾਓ, ਮੈਂ ਡੀਜੇ ਨਾਲ ਗੱਲ ਕਰਾਂਗੀ। ਤੂੰ ਜੋ ਕਰਨਾ ਕਰ, ਸਾਨੂੰ ਹੁਣ ਬਖਸ਼ ਦੇ। ਚੱਲ ਸੀਰਤ। ਤੂੰ ਕਦੇ ਵੀ ਇਸ ਵਿਆਹ 'ਚ ਖੁਸ਼ ਨਹੀਂ ਰਹੇਗੀ। ਤੂੰ ਕਦੇ ਵੀ ਉਹਨਾਂ ਦੀ ਵੋਟੀ ਨਹੀਂ ਬਣ ਪਾਏਗਾ। ਤੂੰ ਹਮੇਸ਼ਾ ਇੱਕ ਚੀਟਰ ਰਹੇਗੀ। ਤੈਨੂੰ ਲੱਗ ਰਿਹਾ ਹੋਏਗਾ ਕਿ ਤੂੰ ਬਹੁਤ ਵੱਡੀ ਪਲੇਅਰ ਹੈ, ਪਰ ਇਹ ਗੇਮ ਮੈਂ ਤੈਨੂੰ ਜਿੱਤਣ ਨਹੀਂ ਦੇਵਾਂਗੀ। ਕੁਛ ਵੀ ਨਾ ਬੋਲੋ ਤੁਸੀਂ, ਮੇਰੀ ਦੀ ਕੋਈ ਪਲੇਅਰ ਨਹੀਂ ਹੈ ਜਿਹੜਾ ਤੁਸੀਂ ਹਰ ਵਕਤ ਬਸ ਇਹਨਾਂ ਨੂੰ ਸੁਣਾਉਂਦੇ ਹੀ ਰਹੋਗੇ। ਲਾਈਕ ਸੀਰੀਅਸਲੀ, ਸਾਨੂੰ ਕੋਈ ਸ਼ੌਂਕ ਨਹੀਂ ਤੇ ਮੂੰਹ ਲੱਗਣ ਦਾ। ਇਹ ਵੇਲੇ ਅਸੀਂ ਤੇਰੀ ਸ਼ਕਲ ਵੇਖਣਾ ਵੀ ਪਸੰਦ ਨਹੀਂ ਕਰਦੇ।
ਫਲਕ ਬਿਲਕੁਲ ਠੀਕ ਕਹਿ ਰਹੀ ਹੈ ਤੇ ਡੀਜੇ ਤਾਂ ਵੈਸੇ ਵੀ ਕਹਿ ਚੁੱਕੇ ਨੇ ਕਿ ਉਹਨਾਂ ਦਾ ਇਸ ਵਿਆਹ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹਾਂ ਤੇ ਮੈਨੂੰ ਵੀ ਕੋਈ ਇੰਟਰਸਟ ਨਹੀਂ ਹੈ। ਜੇ ਨਹੀਂ ਇੰਟਰਸਟ ਤੇ ਖੜੀ ਕਿਉਂ ਹੈ, ਚਲੀ ਕਿਉਂ ਨਹੀਂ ਜਾਂਦੀ ਇੱਥੋਂ? ਕਿਤੇ ਡੀਜੇ ਨੂੰ ਹੋਰ ਇਮੋਸ਼ਨਲ ਬਲੈਕਮੇਲ ਕਰਨ ਦਾ ਇਰਾਦਾ ਤਾਂ ਨਹੀਂ ਹੈ ਤੇਰਾ? ਹਾਂ ਹਾਂ, ਹੁਣ ਤਾਂ ਕੋਈ ਨਵੀਂ ਸਕ੍ਰਿਪਟ ਚੱਲ ਰਹੀ ਹੋਏਗੀ ਦਿਮਾਗ 'ਚ, ਹੁਣ ਕੋਈ ਨਵਾਂ ਐਪੀਸੋਡ ਦਿਖਾਏਗੀ ਆਪਣੇ ਵਿਚਾਰੇ ਬੰਦ ਦਾ। ਬਸ ਬਹੁਤ ਹੋ ਗਿਆ, ਮੈਂ ਕਿਸੇ ਨੂੰ ਕੋਈ ਵਿਚਾਰਾਪਨ ਨਹੀਂ ਵਿਖਾਇਆ ਤੇ ਨਾ ਹੀ ਕਿਸੇ ਨੂੰ ਬਲੈਕਮੇਲ ਕੀਤਾ। ਤੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਜੇ ਮੇਰਾ ਇੱਥੇ ਕਿਸੇ ਨਾਲ ਕੋਈ ਰਿਸ਼ਤਾ ਹੀ ਨਹੀਂ ਹੈ ਤਾਂ ਮੈਂ ਕਿਉਂ ਖੜੀ ਆ ਇੱਥੇ? ਤੇ ਇੱਕ ਗੱਲ, ਡੀਜੇ ਕੀ ਇਸ ਵਿਆਹ ਨੂੰ ਨਹੀਂ ਮੰਨਣਗੇ, ਮੈਂ ਆਪ ਇਸ ਵਿਆਹ ਨੂੰ ਨਹੀਂ ਮੰਨਦੀ। ਤੂੰ ਕੀ ਕਹਿ ਰਹੀ ਹੈ ਹੀਰ, ਤੂੰ ਇਹਨਾਂ ਦੀ ਗੱਲਾਂ ਚ ਨਾ ਪੁੱਤਰ, ਇਹ ਤੇ ਚਾਹੁੰਦੇ ਹੀ ਇਹੀ ਨੇ। ਨਹੀਂ ਮੰਮੀ, ਮੈਨੂੰ ਇਸ ਘਰ ਤੋਂ ਤੇ ਇਸ ਘਰ ਦੇ ਲੋਕਾਂ ਤੋਂ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਹੁਣ ਇਸ ਘਰ ਚ ਇੱਕ ਮਿੰਟ ਨਹੀਂ ਰਹਿ ਸਕਦੀ। ਓਫੋ, ਹੀਰ ਇੰਨਾ ਗੁੱਸਾ ਨਹੀਂ ਕਰਦੇ, ਇੰਨੇ ਗੁੱਸੇ ਨਾਲ ਤਾਂ ਘਰ ਟੁੱਟ ਜਾਂਦੇ ਨੇ। ਭਲਾ ਹੁਣ ਇਸ ਵਿਆਹ ਨੂੰ ਕੌਣ ਬਚਾਏਗਾ? ਉਹਨੂੰ ਇਹ ਸਭ ਇੱਥੇ ਚੱਲ ਕੀ ਰਿਹਾ ਹੈ ਕਿ ਇਹ ਵਿਆਹ ਹੁਣ ਇਸੇ ਟਾਈਮ ਟੁੱਟ ਜਾਊਗਾ? ਹੀਰ ਮੈਡਮ ਨੂੰ ਮੈਂ ਹਮੇਸ਼ਾ ਸ਼ੇਰ ਨਹੀਂ ਮੰਨਿਆ, ਇਹੋ ਜਿਹਾ ਕੰਮ ਨਹੀਂ ਕਰ ਸਕਦੇ। ਬਾਬਾ ਜੀ, ਹੁਣ ਤੁਸੀਂ ਛੇਤੀ ਨਾਲ ਨਾ ਸੱਚ ਸਾਹਮਣੇ ਲੈ ਆਓ ਅਤੇ ਇਹ ਵਿਆਹ ਟੁੱਟਣ ਤੋਂ ਬਚਾ ਲਓ। ਅਸੀਂ ਇੱਥੋਂ ਚੱਲਦੇ ਹਾਂ। ਚਲੋ ਮੰਮੀ, ਚਲੋ ਪਾਪਾ, ਚੱਲ ਕਰੂ। ਰੁਕ ਜਾਓ, ਪਲੀਜ਼ ਰੁਕ ਜਾਓ। ਇੱਦਾਂ ਨਾ ਕਰੋ, ਮੈਂ ਤੁਹਾਨੂੰ ਇੱਥੋਂ ਜਾਣ ਨਹੀਂ ਦੇ ਸਕਦਾ। ਚਾਹੇ ਜੋ ਵੀ ਹੋਇਆ, ਜਿਸ ਹਾਲ 'ਚ ਹੋਇਆ, ਪਰ ਸੱਚ ਤਾਂ ਇਹ ਹੈ ਕਿ ਹੁਣ ਤੁਸੀਂ ਸਾਡੇ ਘਰ, ਸਾਡੇ ਪਰਿਵਾਰ ਦਾ ਹਿੱਸਾ ਹੋ। ਡੀਜੇ ਹਾਲੇ ਗੁੱਸੇ 'ਚ ਨੇ, ਪਰ ਜਦੋਂ ਉਹਨਾਂ ਦਾ ਗੁੱਸਾ ਠੰਡਾ ਹੋ ਜਾਏਗਾ ਉਹ ਵੀ ਇਹ ਸਮਝ ਜਾਣਗੇ। ਹਾਲੇ ਨਾ ਦਾਦੀ ਇੱਥੇ ਹੈ ਅਤੇ ਨਾ ਡੀਜੇ ਇੱਥੇ ਹੈ, ਇਸ ਲਈ ਉਹਨਾਂ ਦੇ ਬਿਹਾਫ 'ਤੇ ਮੈਂ ਸਭ ਨਹੀਂ ਹੋਣ ਦੇ ਸਕਦਾ। ਮੈਂ ਤੁਹਾਨੂੰ ਇੱਥੋਂ ਜਾਣ ਨਹੀਂ ਦੇ ਸਕਦਾ। ਪਲੀਜ਼ ਇੱਕ ਮਿੰਟ ਰੁਕ ਜਾਓ, ਮੈਂ ਹੁਣੇ ਉਹਨਾਂ ਨੂੰ ਲੈ ਕੇ ਆਉਂਦਾ। ਬਿਲਕੁਲ ਠੀਕ ਕਹਿ ਰਹੇ ਨੇ ਪੁੱਤਰ,
ਇੱਕ ਵਾਰ ਜਦੋਂ ਵਿਆਹ ਹੋ ਜਾਵੇ ਤਾਂ ਰਿਸ਼ਤੇ ਇੱਦਾਂ ਨਹੀਂ ਤੋੜੇ ਜਾਂਦੇ। ਹਾਂ ਪੁੱਤਰ, ਇਸ ਟਾਈਮ ਤੁਹਾਨੂੰ ਦੋਨਾਂ ਨੂੰ ਸਬਰ ਨਾਲ ਕੰਮ ਲੈਣਾ ਚਾਹੀਦਾ। ਜ਼ੀ5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।